جناب شیر وچھوڑے نے سلسلے وچ اکھیا دوستا ساری زندگی جدائی وچ گزری گیا سی ایک گل من بھائی او کیڑی ایک واری زندگی وچ دیدار دئیا بھائی کس طرح لکھدا عمر وچھوڑے وچ گزر جاسی عمر وچھوڑے وچ گزر جاسی او میری من دی گل اک من بھائی Thank you.
ਮੇਰਾ ਸ਼ੇਰ ਮਿਸਰਾ ਆਣਾ ਵੇ ਬਾਦੇ ਸੁਬਾ ਦਿਲਦਾਰ ਨੂੰ ਜਾਇਆ ਸੀ ਅੱਜ ਰੋਂਦਾ ਇੱਕ ਤੇਰਾ ਦੀਵਾਨਾ ਤੱਕਿਆ ਵਾਂਗ ਪਾਗਲਾ ਗਿਆ ਉਸਦਾ ਉਹ ਪੱਥਰ ਮਾਰਦਾ ਸਾਰਾ ਜ਼ਮਾਨਾ ਤੱਕਿਆ ਅੱਛਾ ਬਾਦੇ ਸੁਬਾ ਪੈਗਾਮ ਲੈ ਕੇ ਗਈ ਤਾਂ ਮੇਰੇ ਮਹਿਬੂਬ ਦੀ ਆਖੀ ਮੈਂ ਇੱਕ ਦੀਵਾਨਾ ਪਿਆਰ ਹੋਣਾ ਸਾਰਾ ਜ਼ਮਾਨਾ ਉਸ ਪੱਥਰ ਪਿਆ ਮਾਰਨਾ ਮੈਂ ਕਿਸ ਤਰ੍ਹਾਂ ਬਾਦੇ ਸੁਬਾ ਦਿਲਦਾਰ ਨੂੰ ਜਾਇਆ ਸੀ ਅੱਜ ਰੋਂਦਾ ਇੱਕ ਤੇਰਾ ਦੀਵਾਨਾ ਤੱਕਿਆ ਵਾਂਗ ਪਾਗਲਾ ਗਿਆ ਉਸਦਾ ਪੱਥਰ ਮਾਰਦਾ ਸਾਰਾ ਜ਼ਮਾਨਾ ਤੱਕਿਆ ਚੱਲ ਰਿਹਾ ਜਿਵੇਂ ਸ਼ਮਾ ਤੇ ਚੱਲਦਾ ਪਰਵਾਨਾ ਤੱਕਿਆ ਉਹ ਦੋਸਤ ਦੋਸਤ ਨੇ ਬਾਬਰ ਜਹਾਨ ਵਾਲੀ ਮਹਿਬੂਬ ਨੂੰ ਅਦਾਵਾਂ ਮਹਿਬੂਬ ਨੂੰ ਨਾਜ਼ ਵਾ ਅੰਦਾਜ਼ ਦੱਸਾਂ ਕਿ ਕਿਸ ਕਦਰ ਅੱਛੇ ਲੱਗੇ ਹਾਂ ਦੁਨੀਆ ਮੇਰੀ ਕਿਸਮਤ ਦਾ ਸੱਤੇ ਸਾਰਾ ਤੂੰ ਕਿਸ ਤਰ੍ਹਾਂ
ਆਰਾਵੇ ਸ਼ਾਇਦ ਉਹ ਭੁੱਲ ਗਿਆ ਵਕਤ ਤੈਨੂੰ ਤੈਨੂੰ ਦਿਲ ਸੰਗ ਕਰਦੇ ਪਿਆਰ ਰਿਆਂ ਤੇਰੇ ਕੋਲ ਇਕਰਾਰ ਤੇ ਵਧਿਆਂ ਤੇ ਉਹ ਤੇਰੇ ਬੂਏ ਪੱਕ ਬਸਕਦੇ ਯਾਰ ਰਿਆਂ ਤੂੰ ਬਰੇਬ ਕੀਤਾ ਅੱਜ ਵੀ ਤੈਨੂੰ ਪੁਕਾਰਿਆ ਤੇਰੀ ਨਿਸਾਰ ਗੁਜ਼ਰੇ ਓ ਤਾਰੋ ਰੋਜ਼ੀ ਬੁਲਾਇਆ ਫਿਰ ਤੁਸਾਂ ਨੇ ਲਿਖਿਆ ਆਏ ਸਜਣਾ ਰੱਬ ਦਾ ਵਾਸਤਾ ਇਹ ਗੱਲ ਤੇਰੇ ਬੜਾ ਕਿਤ ਰੁਲ ਗਈ ਹੈ ਸਜਣਾ ਮਿਲ ਰੱਬ ਦਾ ਵਾਸਤਾ ਇਹ ਗੱਲ ਤੇਰੇ ਬੜਾ ਕਿਤ ਰੁਲ ਗਈ ਹੈ ਅੱਖਾਂ ਸੁਣ ਦਿਓ ਨਿਤ ਵਰਸਾ ਆਪਣੇ ਰੱਬ ਡੁੱਲਦੀ ਡੁੱਲਦੀ ਡੁੱਲ ਗਈ ਹੈ ਮਿਲ ਰੱਬ ਦਾ ਵਾਸਤਾ ਗੱਲ ਤੇਰੇ ਬੁੜਾ ਤੂੰ ਰੁਲ ਗਈ ਹੈ ਬੱਚਿਆ ਆਇਆ ਸੁੱਕ ਗਈ ਆਇਆ ਜੀ ਆਵਾ ਵਿਛੋੜੇ ਨੀ ਤੁਰ ਗਈ ਹੈ ਅੱਖਾਂ ਤੂੰ ਮੈਂ ਆਪਣਾ ਲਿਖਿਆ ਹੋਇਆ ਤੇ ਉਸ ਸ਼ੇਰ ਵੀ ਇਸ ਤਰ੍ਹਾਂ ਹਰ ਕਿਸੇ ਦਿਲ ਵਿੱਚ ਦੁਖੀ ਆਇਆ ਮੇਰਾ ਦਿਲ ਯਾਰ ਤਰਫੂ ਦਿਖਾਇਆ ਗਿਆ ਕਿਸੇ ਤਰਫੂ ਨਾ ਹੋਈ ਮੁਰਾਦ ਪੂਰੀ ਯਾਰ ਤੋਰ ਤਰੀਕਾ ਅਗਵਾਇਆ ਗਿਆ ਹਰ ਕਿਸੇ ਦਿਲ ਵਿੱਚ ਦੁਖੀ ਆਇਆ ਮੇਰਾ ਦਿਲ ਯਾਰ ਤਰਫੂ ਦਿਖਾਇਆ ਗਿਆ ਕਿਸੇ ਤਰਫੂ ਨਾ ਹੋਈ ਮੁਰਾਦ ਪੂਰੀ ਹਰ ਤੋਰ ਤਰੀਕਾ ਅਜ਼ਮਾਇਆ ਗਿਆ ਆਖਰ ਇਸ ਨਤੀਜੇ ਦਾ ਪੁੱਜ ਆਇਆ ਖੁਦ ਗਰਦ ਜ਼ਮਾਨਾ ਸਭ ਪਾਇਆ ਗਿਆ ਆਖਰ ਇਸ ਨਤੀਜੇ ਦਾ ਪੁੱਜ ਆਇਆ ਖੁਦ ਗਰਦ ਜ਼ਮਾਨਾ ਸਭ ਪਾਇਆ ਗਿਆ ਮੋਲਾ ਜ਼ਿੰਦਗੀ ਇਸ ਜਾਦ ਨੀਲਾ ਵਾਪੋ ਮੋਲਾ ਜ਼ਿੰਦਗੀ ਇਸ ਜਾਦ ਨੀਲਾ ਵਾਪੋ ਉਹ ਤੇਰੀ ਦੁਨੀਆ ਤੂੰ ਮੇਰਾ ਦਿਲ ਪਾਇਆ ਗਿਆ ਫਿਰ ਕੁਝ ਕਹਿਣਾ ਸਭ ਮਹਿਬੂਬ ਮਹਿਬੂਬ ਨੂੰ ਮੁਲਾਕਾਤ ਅਗਰ ਹੋਇਆ ਮਕਾਮ ਕਿਹੜੇ ਮਕਾਮ ਤੇ ਹੋਣਾ ਚਾਹੀਏ ਸ਼ਾਲਾ
Thank you.
ਰਾਜਾ ਤੇਰਾ ਦਾ ਸਾਜਾ ਲੱਖਾਂ ਨੇ ਲਿਖਿਆ ਜਮਾਲ ਰਾਜਾ ਖਾਲਸ ਮਾਮੂਦ ਜੰਗੂ ਅਖਾ ਰਜਿਆਰ ਲਾਲ ਤੱਲਕ ਔਰ ਜਨਾਬ ਤੇਰਾ ਜੋੜਾ ਖੜਨਾ हमें बर्बाद कर गए लेकिन अच्छा हुआ कुछ लोग बचाने भी गए। अच्छा मैं बर्बाद हो गया लेकिन उन्हें संगियों की सियाणी की था जो चंगे वेले ने संगी से थोड़ा जा रुख बदलिया तो किनारा करिए भाई किस तरह ਗੱਲਾਂ ਥੋੜੀਆਂ ਜਿਹੀਆਂ ਕੱਢ ਪਾਸੋ ਅਸਾਂ ਦੀ ਗੱਲ ਵੀ ਸੁਣ ਸੋ ਇੱਥੇ ਆਪਣੇ ਕੋਈ ਪਿਆਰ ਵਾਲੀ ਲਾੜੇ ਤੋੜ ਦੇ ਚੋਬ ਵਿੱਚ ਕਾਰ ਗਏ ਨੀ ਅਨਫੀ ਸ਼ੁਰੂ ਹੋਇਆ ਜਦੋਂ ਆਜ ਮੈਂ ਸ਼ਾਇਆ ਉਹ ਪਹਿਲੇ ਵਿੱਚ ਉਹਨੇ ਸਜਰਿਆ ਹਰ ਗਏ ਨੀ ਸਾਡੇ ਲੱਖਾਂ ਵਿੱਚ
سادہ لفظوں میں جناب شاعر محترم لکھنے آ رہا ہے. آن کی اور آنکھوں تو کی نہ بھول سکلا ماری جان کیوں سمیا بلائی سکلا بیٹھ بڑیا چرتا بچ پہ دسا ماری عزت وچ مٹی ملائی سکیا جا ماریا کمر دکھنا یا کوئی یار دکھ پتی پڑائی سکیا اچھا دوستا ایسی بیماری لائی آ کہ کسی پاسا گلے جو وقت آئی گئی نا شیر بھی جس طرح ہے آرے اوئے آ دوستا رلی کٹھوں گئی ہے آ دوستا رلی کٹھوں گئی ہے او گلا پیارنیاں رگی کے بھائی گنی ہے شاید مڑی کے لبنا اے ویلا اسرت دلانی خوب بجائی گنی ہے دوا کی کون مل دیسی جچر کٹھے آموجا منائی کنی ہے سکھی پیچ دائی تے تکی کنسا اوے آلے گیارا کی چوبے کلائی کنی ہے مطابق اچیا مطلب اچیا مطلب پیار کر منا سن یہ جو پیڑا سلوٹ پیدا کیتا ایک آواز کی آخیا کرتے جڑے کٹھے مرن میں قسم کھانے سن اج میں کہڑا سلوک پیدا کیتا ایک آواز کی آخیا کوئی اس قدر پیش کرسا
ਪਾਜਿਸਰਾ ਦੀਵਾਨਾ ਇੱਕ ਸਦਾ ਕਰਨਾ ਵਸੀਅਤ ਨਾਮਾ ਦੀਆਂ ਗੱਲਾਂ ਦੱਸਣਾ ਸ਼ਿਕਵਾ ਕਰਨਾ ਹੈ ਜੁਰਮ ਦਰਬਾਰੇ ਉਲਫਤ ਸ਼ਿਕਵਾ ਕਰਨਾ ਹੈ ਜੁਰਮ ਦਰਬਾਰੇ ਉਲਫਤ ਕਦੀ ਭੁੱਲਣਾ ਖਤਾ ਕਰਨਾ ਇਨਾਰਾ ਵਾਦਾ ਜਿਹੜਾ ਮੁਸਾਫਰ ਹੋਵੇ ਰਹਿ ਮੁਸਤਰਾ ਖੁਦਾ ਕਰਨਾ ਉਸਨੂੰ ਬਿਠਾਲਿਆ ਪਿਆਰ ਦੇ ਨਾਲ ਇਨਸਾਨੀਅਤ ਦੇ ਹੱਕ ਅਦਾ ਕਰਨਾ ਵਜਿਹੜਾ ਨਾਮ ਜਫਾ ਤੂੰ ਨਹੀਂ ਵਾਕਫ ਬੜਾ ਜੁਰਮ ਹੈ ਉਸ ਨਾਲ ਜਫਾ ਕਰਨਾ ਕਸਮਾਂ ਚੁੱਕੀਆਂ ਕਸਮਾਂ ਚੁੱਕੀਆਂ ਲੈ ਜਿਸਨੇ ਵਫਾ ਦੀਆਂ ਹੈ ਕੰਮ ਉਸਦਾ ਵਫਾ ਕਰਨਾ ਦੁਨੀਆਦਾਰਾ ਇਤਰਾਮ ਲਾ ਗਾਉਂ ਕੰਮ ਜਿਸਦਾ ਸਦਾ ਕਰਨਾ ਇੱਕ ਆਵਾਜ਼ ਦੀਦੀ ਆਖਿਆ ਕਿ ਅੱਲਾਹ ਵਾਲਿਓ ਅੱਲਾਹ ਵਾਲਿਓ ਵਾਸਤਾ ਮਿਲੇ ਵਸਲ ਦੀਵਾਨੇ ਦਵਾ ਕਰਨਾ ਮੇਰੇ ਵਸਲ ਦੀਵਾਨੇ ਦਵਾ ਕਰਨਾ ਲੇਕਿਨ ਹਰ ਤੇਰੀ ਆਵਾਜ਼ ਕੀਤੀ ਆਖਿਆ ਉਹ ਬੜਾ ਮਹਿੰਗਾ ਤੇ ਮੁਸ਼ਕਲ ਰੱਖੀ ਵੇ ਸੋਦਾ ਉਹ ਬੜਾ ਮਹਿੰਗਾ ਤੇ ਮੁਸ਼ਕਲ ਰੱਖੀ ਵੇ ਸੋਦਾ ਖਾਤਰ ਕਿਸਾ ਦੀ ਜ਼ਿੰਦਗੀ ਤਬਾਹ ਕਰਨਾ ਕੋਈ ਨਾ ਭਾਈ ਬੜਾ ਮਹਿੰਗਾ ਤੇ ਮੁਸ਼ਕਲ ਰਹੀਮ ਸੋਤਾ ਖਾਤਰ ਕਿਸੇ ਨੀ ਜ਼ਿੰਦਗੀ ਤਬਾਹ ਕਰਨਾ ਆਖਿਆ ਇਹ ਸੋਦਾ ਬੜਾ ਮਹਿੰਗਾ ਕਿ ਕਿਸੇ ਨੀ ਖਾਤਰ ਜ਼ਿੰਦਗੀ ਤਬਾਹ ਬੰਦਾ ਕਰੇ ਸ਼ੇਰ ਬੜਾ ਹੀ ਚੰਗਾ ਜਿਹਾ ਆਖਿਆ ਉਹ ਮਹਿਬੂਬ ਜਿਸਨੀ ਹਰ ਗੱਲ ਅਸਾਂ ਕਬੂਲ ਕੀਤੀ ਜਿਹੜੀ ਗੱਲ ਉਸਦੀ ਨੀ ਪਸੰਦ ਸੀ ਉਹ ਅਸਾਂ ਛੋੜ ਦਿੱਤੀ ਲੇਕਿਨ ਉਸ ਹਿਲਾ ਕਹਿ ਦਿੱਤਾ ਜਨਾਬ ਲਿਖਣੇ ਜਿਸ ਦੀਆਂ ਦੇ ਨਾਲ ਸੀਆਂ ਮੇਰੀ ਜਿਸ ਦੀਆਂ ਦੇ ਨਾਲ ਸੀਆਂ ਮੇਰੀ ਜਿਸ ਦੀਆਂ ਦੇ ਨਾਲ ਸੀਨਾ ਮੇਰੀ ਜਿਸ ਨੇ ਫੜੀ ਸੀ ਤੋੜਨ ਪਾਣ ਖਾਤਰ ਦਿੱਤੀ ਤੋੜੀ ਅਦਵਾਟਿਓ ਪਾ ਮੇਰੀ ਉਸ ਲਈ ਸੁਟਣਾ ਚਾਹੁੰਦਾ ਏ ਜਿੱਥੋਂ ਅੱਡੀ ਲਿਆਵੇ ਨਾ ਪਾ ਮੇਰੀ ਦਿਆਂ ਕਦਮਾਂ ਦੇ ਵਿੱਚ ਨਿਕਲੇ ਕੋਈ ਸਤ ਬੱਚਣੀ ਫਸਲ ਕੁਝ ਤਾਂ ਮੇਰੀ ਅੱਜ ਵੀ ਯਾਦ ਅਫਸਾਨੇ ਪਰ ਖੋਲੇ ਖੋਲੇ ਉਹ ਤੇਰੇ ਉਸਲ ਦੀ ਸਮਾਲ
ਰਾਤ ਜਵੇਗੇ ਓ ਅੱਜ ਬੀਤ ਦਾ ਪਰਵਾਨੇ ਪਰ ਥੋੜੇ ਥੋੜੇ ਕਸਮ ਤੇਰੀ ਸਿਟਾਣੇ ਪਰ ਥੋੜੇ ਥੋੜੇ ਆਏ ਉਸ ਠਿਕਾਣੇ ਪਰ ਥੋੜੇ ਥੋੜੇ ਜਿਸ ਤਰ੍ਹਾਂ ਹੁਣ ਸੀਜ਼ਨ ਸ਼ੁਰੂ ਹੋਇਆ ਜੇ ਇਸੇ ਤਰ੍ਹਾਂ ਰਿਹਾ ਨਾ ਤਾਂ ਥੋੜੇ ਜੇ ਜ਼ਿਆਦਾ ਉਸ ਠਿਕਾਣੇ ਆ ਗਿਆ ਸਾਨੂੰ ਇਹ ਕਿਸੇ ਤੁਹਾਡੀ ਖਿਦਮਤ ਵਿਚ ਨਿਊ ਰਮਜ਼ਾਨ ਮਿਊਜ਼ਿਕ ਸੈਂਟਰ ਮੰਗਲਾ ਰੋਡ ਦੀਨਾ ਦੀ ਤਰਫੋਂ ਪੇਸ਼ ਕੀਤੀ ਜਾ ਰਹੀ ਏ ਹਰ ਕਿਸਮ ਦੇ ਫਿਲਮੀ ਗੈਰ ਫਿਲਮੀ ਗਾਣੇ ਫੋਟੋ ਹਾਰੀ ਸ਼ੇਅਰ ਰਿਕਾਰਡ ਕਰਾਉਣ ਲਈ ਨਿਊ ਰਮਜ਼ਾਨ ਮਿਊਜ਼ਿਕ ਸੈਂਟਰ ਮੰਗਲਾ ਰੋਡ ਦੀਨਾ ਤੇ ਤਸ਼ਰੀਫ ਲਿਆਓ ਇਨ੍ਹਾਂ ਦਾ ਫੋਨ ਨੰਬਰ ਏ 6319 17 ਸ਼ੁਕਰੀਆ ਸ਼ੇਅਰ ਕੁਝ ਇਸ ਤਰ੍ਹਾਂ ਆਣੇ ਹੋਏ ਮੈਂ ਨਾ ਸਮਝਦਾ ਕੁਝ ਨਾ ਜਾਣਨਾ ਸਾਂ ਸਾਰੇ ਪਿਆਰ ਨੇ ਸਬਕ ਪੜਾਏ ਤੁਸਾਂ ਮੈਂ ਤੇ ਮੈਂ ਨਾ ਸਮਝਦਾ ਕੁਝ ਨਾ ਜਾਣਨਾ ਸਾਂ ਉਹ ਸਾਰੇ ਪਿਆਰ ਨੇ ਸਬਕ ਪੜਾਏ ਤੁਸਾਂ ਪਹਿਲੇ ਆਮਾਂ ਵਿੱਚ ਮੇਲ ਮਲਾਪ ਰੱਖ ਕੇ ਫਿਰ ਡੇਰੇ ਵੀਰਾਂ ਨੇ ਵਿੱਚ ਲਾਏ ਤੁਸਾਂ ਮੈਂ ਤੇ ਸਭਾਂ ਨੂੰ ਆਪਣਾ ਸਮਝਣਾ ਸਾਂ ਉਹ ਆਪਣੇ ਖੈਰ ਨੇ ਫਰਕ ਸਮਝਾਏ ਤੁਸਾਂ ਮੈਨੂੰ ਪਤਾ ਨਾ ਸਿਰਫ ਫਿਕਾਰ ਕੀ ਬਾਂਦਾ ਕੁਝ ਅੱਜ ਫਿਕਰ ਕੀ ਬਣਾਏ ਤੁਸਾਂ ਇਹ ਸਭ ਕੁਝ ਭੁਲਾ ਕੇ ਖੁਦ ਭੁੱਲ ਗਏ ਹੋ ਕਿਉਂ ਅੱਜ ਡੇਰੇ ਵੀਰਾਂ ਨੇ ਵਿੱਚ ਲਾਏ ਤੁਸਾਂ ਇਹ ਗੱਲ ਤੁਸਾਂ ਦੇ ਵੀ ਇੱਕ ਦਿਨ ਗੱਲ ਪੈ ਸੀ ਜਿਹੜੇ ਗੱਲ ਦੇ ਵਿੱਚ ਇਹ ਵੱਲ ਪਾਏ ਤੁਸਾਂ ਇਹ ਗੱਲ ਤੁਸਾਂ ਦੇ ਇੱਕ ਦਿਨ ਗੱਲ ਪੈ ਸੀ ਜਿਹੜੇ ਗੱਲ ਵਿੱਚ ਵੱਲ ਇਹ ਪਾਏ ਤੁਸਾਂ ਉਹ ਕੀ ਜਵਾਬ ਬਿਤਾ ਦਿਨ ਅਸ਼ੋਰ ਦੇ ਸੋ ਜਦ ਕੀ ਜਿੰਦਾ ਕੀ ਗੌਰ ਪਚਾਏ ਤੁਸਾਂ ਅੱਛਾ ਜੇ ਇਸ ਮਜ਼ਮੂਨ ਤਾਂ ਗੱਲ ਦੱਸਾਂ ਪਰ ਮੰਜ਼ਲੇ ਪਿਆਰ ਬੜੀ ਇੱਕ ਅਨੋਖੀ ਜੀ ਮੰਜ਼ਲ ਹੈ ਕਿ ਜਿਹੜਾ ਹਰ ਇੱਕ ਸ਼ਖਸ ਅਗੂਰ ਨਹੀਂ ਕਰ ਸਕਿਆ ਭਾਈ ਜਿਸ ਤਰ੍ਹਾਂ ਅੱਲਾ ਤੁਬਾਰਕ ਤਾਲਾ ਨੇ ਰਾਹ ਤੱਕ ਹੈ ਇੱਕ ਇੰਤਜ਼ਾਰ ਕੀਤੀ ਸ਼ਹਿਰ ਮੁਹਤਰਮ ਕੇ ਮੌਲਾ ਜਿਤਨੀ ਵੀ ਆਸ਼ਕ
دیوانے گزرے جس طرح کے سسی کنو سنی میں والا تاکہ ہیر رانجا آخیا انہوں نے دکھ تکلیفہ مصیبتہ دشواریاں رہی ہیں کیا عاشقاں لوکاں سے دکھ تکلیفہ مصیبتہ دشواریاں رکھیاں نہیں ایک آواز دی دیا کیا سورے خدایا فریاد میری خدایا فریاد میری کیڑے دل وچ عاشق پچائے تون کسور کیتا آ گلی تیار بڑے بڑے چنگے سنگی تکے جس ویلا سیوا کرنے رہے ہیں ساری زندگی اوکھا وقت بنیا تو بکول ماری کا کولو لنگی گے بھائی کس طرح ایسے ہو جنہ دیری آئے امیش کر گائے بھی وقتیوں کے پاسا مار گے لی شریک جیڑی اے آئے غم تہ تر تو وسار مار گے خوشی غمی دے ایسن پیال جڑے آئے غم تے ترت وسار گے لی اپنے بیڑی پیار والی لارے توڑ